ਡਾਕਟਰ ਨਰਿੰਦਰ ਸਿੰਘ ਕਪੂਰ ਦਾ ਲੇਖ ਹੈ ਇੱਕ ਵਾਰੀ ਜੇ ਤਾਰੇ ਹਰ ਸਾਲ ਚ ਇੱਕ ਵਾਰੀ ਹੀ ਵਿਖਾਈ ਦੇਣੇ ਹੁੰਦੇ ਤਾਂ ਸੋਚੋ ਕਿ ਕਿਹੋ ਜਿਹਾ ਤਿਹਾਰ ਹੋਣਾ ਸੀ ਇਹ ਸੰਸਾਰ ਦਾ ਸਭ ਤੋਂ ਵੱਡਾ ਤਿਹਾਰ ਹੋਣਾ ਸੀ ਜੋ ਕੇਵਲ ਇੱਕ ਵਾਰੀ ਵਾਪਰਦਾ ਹੈ ਉਹ ਇੱਕ ਵਾਰੀ ਵਾਪਰਨ ਕਰਕੇ ਮਹੱਤਵਪੂਰਨ ਹੋ ਜਾਂਦਾ ਹੈ ਇਸੇ ਆਧਾਰ ਤੇ ਜਨਮ ਦਿਨ ਵਿਆਹ ਦੀ ਵਰੇਗੰਡ ਤੇ ਕਿਸੇ ਪੁਰਖੇ ਦੀ ਵਰਸੀ ਮਨਾਈ ਜਾਂਦੀ ਹੈ ਜੋ ਇੱਕ ਵਾਰੀ ਵਾਪਰਦਾ ਉਨ ਘਟਨਾ ਕਹਿੰਦੇ ਐ ਜੋ ਇੱਕੋ ਢੰਗ ਨਾਲ ਦੋ ਨਾਲ ਵਾਪਰਦਾ ਉਹ ਸੰਯੋਗ ਜਾਂ ਸਬਬ ਅਖਵਾਉਂਦਾ ਜੋ ਤੀਜੀ ਵਾਰ ਜਾਂ ਤਿੰਨ ਵਾਰ ਵਾਪਰਦਾ ਉਹ ਉਦਾਹਰਨ ਬਣ ਜਾਂਦਾ ਜਿਹੜੀ ਗੱਲ ਬਾਰ ਬਾਰ ਕੀਤੀ ਜਾਂਦੀ ਹੈ ਜਾਂ ਵਾਪਰਦੀ ਹੈ ਉਹਨੂੰ ਰੀਤ ਕਹਿੰਦੇ ਐ ਜਿਹਨੂੰ ਹਰ ਕੋਈ ਕਰਦਾ ਰਿਵਾਜ ਅਖਵਾਉਂਦਾ ਜਿਹਨੂੰ ਸਾਰਾ ਸਮਾਜ ਲੰਮਾ ਅਰਸਾ ਕਰਦਾ ਰਹਿੰਦਾ ਉਹਨੂੰ ਪਰੰਪਰਾ ਕਹਿੰਦੇ ਐ ਤੇ ਜਿਹੜੀਆਂ ਗੱਲਾਂ ਬਾਰ ਬਾਰ ਕਰਨ ਜਾਂ ਵਾਪਰਨ ਨਾਲ ਸਾਡੇ ਅਵਚੇਤਨ ਚ ਬਹਿ ਜਾਂਦੀਆਂ ਉਹਨਾਂ ਨੂੰ ਸੰਸਕਾਰ ਕਿਹਾ ਜਾਂਦਾ ਹੈ ਕਿਸੇ ਨੂੰ ਕੋਈ ਕੀਮਤੀ ਚੀਜ਼ ਲੱਭ ਪੈਣੀ ਇੱਕ ਘਟਨਾ ਹੈ ਇੱਕ ਪਰਿਵਾਰ ਦੇ ਦੋ ਬੱਚਿਆਂ ਦਾ ਸਾਲਾਂ ਦੀ ਵਿਤ ਨਾਲ ਇੱਕੋ ਮਿੱਤੀ ਨੂੰ ਜਨਮ ਲੈਣਾ ਸੰਜੋਗ ਜਾਂ ਸਬਾਬ ਹੈ ਤਿੰਨ ਭੈਣਾਂ ਦਾ ਅਗੜ ਪਿਛੜ ਆਪਣੀ ਪ੍ਰੀਖਿਆ ਚ ਜਵਾਬ ਲਾਉਣਾ ਪਰਿਵਾਰ ਦੇ ਲਾਇਕ ਹੋਣ ਦੀ ਉਦਾਹਰਣ ਹੈ ਵਿਆਹ ਰਾਈ ਧੀਆਂ ਦਾ ਪੇਕਾ ਘਰ त्याਕ ਕੇ ਸਹੁਰੇ ਘਰ ਜਾਣਾ ਰੀਤ ਹੈ ਉੱਤਰ ਵੱਲੋਂ ਪਿਓ ਦੀ ਜਾਇਦਾਦ ਦਾ ਮਾਲਕ ਬੰਨਣਾ ਰਿਵਾਜ ਹੈ। ਮਹਾਪੁਰਸ਼ਾਂ ਦੇ ਗੁਰਪੁਰਬ ਮਨਾਉਣੇ ਪਰੰਪਰਾ ਹਨ। ਪੂਰਵਜਾਂ ਦੇ ਪਾਏ ਪੂਰਨਿਆਂ ਤੇ ਚੱਲਣਾ, ਜਾਂ ਲੰਘ ਗਈਆਂ ਪੀੜੀਆਂ ਵਾਂਗ ਵਿਹਾਰ ਕਰਨਾ ਜਾਂ ਸੋਚਣਾ ਸੰਸਕਾਰ ਹੁੰਦੇ ਹਨ। ਸੰਸਾਰ 'ਚ ਕੋਈ ਕਿਸੇ ਵਰਗਾ ਨਹੀਂ ਹੁੰਦਾ। ਆਪਣੇ ਹੋਣ ਦਾ ਸਬੂਤ ਅਸੀਂ ਆਪ ਹੀ ਹਾਂ। ਅਸੀਂ ਸੰਸਾਰ 'ਚ ਆਏ ਵੀ ਇੱਕ ਵਾਰੀ ਹਾਂ। ਅਸੀਂ ਜਾਣਾ ਵੀ ਇੱਕ ਵਾਰੀ ਹੈ। ਸਾਡੇ ਜੀਵਨ 'ਚ ਜੋ ਵਾਪਰਨਾ ਉਹ ਇੱਕ ਵਾਰ ਹੀ ਵਾਪਰਨਾ ਹੈ ਭਾਵੇਂ ਕੋਈ ਘਟਨਾ अनेका ਵਾਰ ਵਾਪਰੇ ਵਾਸਤਵ ਵਿੱਚ ਹਰ ਵਾਰ ਉਹ ਇੱਕ ਵੱਖਰੇ ਢੰਗ ਨਾਲ ਵਾਪਰਨ ਕਰਕੇ ਇੱਕ ਵਾਰ ਹੀ ਵਾਪਰਦੀ ਹੈ ਧਰਤੀ ਬ੍ਰਹਿਮੰਡ ਵਿੱਚ ਜਿਸ ਪੰਧ ਤੋਂ ਇੱਕ ਵਾਰ ਹੀ ਲੰਘ ਜਾਏ ਉਸ ਮਾਰਗ ਤੋਂ ਦੁਬਾਰਾ ਨਹੀਂ ਗੁਜ਼ਰਦੀ ਸੰਸਾਰ ਦੀਆਂ ਕਈ ਘਟਨਾਵਾਂ ਇੱਕ ਵਾਰ ਹੀ ਵਾਪਰਦੀਆਂ ਹਨ ਤੇ ਵਿਸ਼ਵ ਵਰਤਾਰੇ ਦਾ ਭਾਗ ਬਣ ਜਾਂਦੀਆਂ ਹਨ 19ਵੀਂ ਸਦੀ ਦੇ 9ਵੇਂ ਦਹਾਕੇ ਦੇ 6ਵੇਂ ਸਾਲ 'ਚ ਪਹਿਲੀ ਮਈ ਨੂੰ ਸ਼ਿਕਾਗੋ 'ਚ 8 ਮਜ਼ਦੂਰ ਮਾਰੇ ਗਏ ਇਸ ਘਟਨਾ ਕਾਰਨ ਵਿਸ਼ਵ ਭਰ ਵਿੱਚ ਮਈ ਦਾ ਪਹਿਲਾ ਦਿਹਾੜਾ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਹਿਲਾ ਮਜ਼ਦੂਰ ਦਾ ਝੰਡਾ ਚਿੱਟਾ ਹੋਇਆ ਕਰਦਾ ਸੀ ਉਸ ਦਿਨ ਇੱਕ ਮਜ਼ਦੂਰ ਦੀ ਮਾਂ ਨੇ ਮਜ਼ਦੂਰ ਦੇ ਡੁੱਲੇ ਖੂਨ ਦੀ ਛਪੜੀ 'ਚ ਚਿੱਟੇ ਝੰਡੇ ਨੂੰ ਡਬੋ ਕੇ ਲਾਲ ਕਰ ਦਿੱਤਾ ਸੀ ਇਹ ਝੰਡਾ ਹਮੇਸ਼ਾ ਵਾਸਤੇ ਲਾਲ ਹੋ ਗਿਆ ਇੱਕ ਵਾਰੀ ਯੂਨਾਨ ਦੇ ਇਥਨ ਵਾਸੀ ਫੋਇਦੀ ਪੀਦੀਆਸ ਨੇ ਮੈਰਾਥਨ ਦੇ ਮੈਦਾਨ 'ਚ ਹਾਰ ਰਹੀਆਂ ਯੂਨਾਨੀ ਫੌਜਾਂ ਦੀ ਪਰਸ਼ੀਅਨ ਫੌਜਾਂ ਉਤੇ ਅਚਾਨਕ ਹੋਈ ਜਿੱਤ ਦਾ ਸਮਾਚਾਰ ਇਥਨ ਵਾਸੀਆਂ ਨੂੰ ਦੱਸਣ ਲਈ 42 ਕਿਲੋਮੀਟਰ ਦਾ ਪਹਾੜੀ ਰਸਤਾ ਦੌੜ ਕੇ ਤੈਅ ਕੀਤਾ ਸੀ ਤੇ ਜਿੱਤ ਦਾ ਸਮਾਚਾਰ ਦਿੰਦਿਆਂ ਹੀ ਥਕਾਵਟ ਨੇ ਉਹਦੀ ਜਾਨ ਲੈ ਲਈ ਸੀ ਇਥਨ ਵਾਸੀਆਂ ਨੇ ਉਦੀ ਯਾਦ ਵਿੱਚ 올림픽 ਖੇਡਾਂ ਵਿੱਚ 42 ਕਿਲੋਮੀਟਰ ਦੀ ਮੈਰਾਥਨ ਦੌੜ ਸ਼ਾਮਲ ਕਰਕੇ ਉਦੀ ਯਾਦ ਨੂੰ ਸਦੀਵੀ ਬਣਾ ਦਿੱਤਾ ਸੀ ਅਮਰੀਕਾ 'ਚ ਪਹਿਲਾਂ ਟਮਾਟਰ ਖਾਦੇ ਨਹੀਂ ਸੀ ਜਾਂਦੇ ਵਹਿਮ ਸੀ ਜਿਹੜਾ ਖਾਏਗਾ ਮਰ ਜਾਏਗਾ ਟਮਾਟਰਾਂ ਨੂੰ ਫੁੱਲਾਂ ਵਾਂਗ ਸਜਾਵਟ ਲਈ ਵਰਤਿਆ ਜਾਂਦਾ ਸੀ ਇੱਕ ਵਾਰੀ ਨਿਊ ਜਰਸੀ ਦੇ ਇੱਕ ਕਰਨਲ ਨੇ ਟੋਕਰੀ ਟਮਾਟਰਾਂ ਦੀ ਖਾਣ ਦਾ ਐਲਾਨ ਕੀਤਾ ਨੇ ਸ਼ਹਿਰ ਦੇ ਵੱਡੇ ਚੌਕ 'ਚ ਖਲੋ ਕੇ ਟਮਾਟਰ ਖਾਦੇ। ਜਦੋਂ ਉਹ ਨਾ ਮਰਿਆ ਤਾਂ ਪੰਜਾਂ ਸਾਲਾਂ 'ਚ ਹੀ ਟਮਾਟਰਾਂ ਦੀਆਂ अनेका ਚੀਜ਼ਾਂ ਖਾਣ ਲਈ ਬੜਨ ਲੱਗ ਪਈਆਂ। ਇੱਕ ਵਾਰੀ ਇੱਕ ਪਿੰਡੂ ਘਰ 'ਚ ਲੱਸੀ 'ਚ ਸੱਪ ਰਿੜਕਿਆ ਗਿਆ। ਠਹਿਰਿਆ ਮਹਿਮਾਨ ਮੁਸਾਫਿਰ ਜਦੋਂ ਲੱਸੀ ਪੀ ਕੇ ਚਲਾ ਗਿਆ ਤਾਂ ਸੱਪ ਦਾ ਮਗਰੋਂ ਪਤਾ ਲੱਗਿਆ। ਕੁਝ ਅਰਸੇ ਮਗਰੋਂ ਜਦੋਂ ਵਿਅਕਤੀ ਫੇਰ ਆਇਆ ਰਿੜਕਣ ਵਾਲੀ ਔਰਤ ਨੇ ਕਿਹਾ ਤੂੰ ਅਜੇ ਜਿਉਂਦਾ ਹੈ। ਸੱਪ ਵਾਲੀ ਪੁਰਾਣੀ ਗੱਲ ਦਾ ਗਿਆਨ ਹੁਣ ਨਾਲ ਉਸੇ ਰਾਤ ਮਰ ਗਿਆ ਇੱਕ ਵਾਰੀ ਯੂਨੀਵਰਸਿਟੀ ਵਿੱਚ ਖੂਨਦਾਨ ਕੈਂਪ ਲੱਗਾ ਤਾਂ ਸਭ ਤੋਂ ਤਗੜਾ ਵਿਦਿਆਰਥੀ ਖੂਨ ਦੇਣ ਵਾਸਤੇ ਲੇਟ ਕੇ ਕਹਿਣ ਲੱਗਾ ਭਾਵੇਂ ਪੀਪਾ ਭਰ ਕੇ ਕੱਢ ਲਓ ਬੜਾ ਖੂਨ ਹੈ ਮੇਰੇ ਚ ਪਰ ਅਜੇ ਕੁਝ ਬੂੰਦਾਂ ਹੀ ਨਿਕਲੀਆਂ ਸੀ ਕਿ ਬੇਹੋਸ਼ ਹੋ ਗਿਆ ਤੇ ਉਹਨੂੰ ਕਈ ਬੋਤਲਾਂ ਖੂਨ ਚੜਾਉਣਾ ਪਿਆ ਜਦੋਂ ਉਹਨੂੰ ਹੋਸ਼ ਆਈ ਤਾਂ ਕਹਿਣ ਲੱਗਾ ਅਜੇ ਕੱਢੀ ਜਾ ਰਹੇ ਹੋ ਉਹਨੂੰ ਦੱਸਿਆ ਗਿਆ ਕੱਢਣਾ ਤਾਂ ਅਜੇ ਸ਼ੁਰੂ ਕਰਨਾ ਹੈ ਜੇ ਤਾਂ ਤੇਰੇ ਚ ਪਾ ਰਹੇ ਮੁਹੰਮਦ ਅਲੀ ਦਾਸ ਮੁਹੰਮਦ ਅਲੀ ਸੰਸਾਰ ਦਾ ਪ੍ਰਸਿੱਧ ਮੁੱਕੇਬਾਜ਼ ਹੋਇਆ ਇੱਕ ਵਾਰੀ ਉਹਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੇ ਸਭ ਤੋਂ ਵੱਡੇ ਨਾਮ ਵਾਲਾ ਮੁਕਾਬਲਾ ਹੋ ਰਿਹਾ ਸੀ ਅਲੀ ਮੁੱਕੇ ਖਾਂਦਾ ਗਿਆ ਖਾਂਦਾ ਗਿਆ ਉਹਨੂੰ ਮੁੱਕੇ ਖਾਂਦਾ ਵੇਖ ਕੇ ਉਹਦੇ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਗਈ ਬਹੁਤ ਮੁੱਕੇ ਖਾ ਕੇ ਅਲੀ ਨੇ ਜਦੋਂ ਮੁੱਕੇ ਮਾਰਨੇ ਆਰੰਭ ਕੀਤੇ ਤਾਂ ਮੁਕਾਬਲਾ ਅਲੀ ਦੇ ਪੱਖ ਚ ਹੋ ਗਿਆ ਮਗਰੋਂ ਉਹਨੇ ਦੱਸਿਆ ਕਿ ਮੁੱਢ 'ਚ ਉਹਨੂੰ ਜਿੰਨ ਅਜੇ ਇਹਨੇ ਮੁੱਕੇ ਨਹੀਂ ਪਾਏ ਸੀ ਕਿ ਉਹ ਜਵਾਬੀ ਹਮਲਾ ਸ਼ੁਰੂ ਕਰਦਾ ਇੱਕ ਵਾਰੀ ਇੱਕ ਚਲਾਕ ਤੀਰੰਦਾਜ਼ ਸ਼ਾਗਿਰਦਾਂ ਨੂੰ ਤੀਰੰਦਾਜ਼ੀ ਸਿਖਾ ਰਿਹਾ ਸੀ ਪਹਿਲੀ ਵਾਰੀ ਜਦੋਂ ਉਹਦਾ ਨਿਸ਼ਾਨਾ ਖੁੰਝ ਗਿਆ ਤਾਂ ਬੋਲਿਆ ਇੱਕ ਅਨਾੜੀ ਦਾ ਨਿਸ਼ਾਨਾ ਹੈ ਜਦੋਂ ਦੂਜੀ ਵਾਰੀ ਖੁੰਝ ਗਿਆ ਉਹਨੇ ਕਿਹਾ ਇੱਕ ਲਾਪਰਵਾਹ ਬੰਦੇ ਦਾ ਨਿਸ਼ਾਨਾ ਹੈ ਤੀਜੀ ਵਾਰੀ ਖੁੰਝਣ ਉੱਤੇ ਕਹਿਣ ਲੱਗਾ ਇੱਕ ਸਖੰਦਰੂ ਦਾ ਨਿਸ਼ਾਨਾ ਹੈ ਚੌਥੀ ਵਾਰ ਖੁੰਝਣ ਉੱਤੇ ਕਿਹਾ ਇੱਕ ਬੇਧਿਆਨੇ ਸ਼ਾਗਿਰਦ ਦਾ ਨਿਸ਼ਾਨਾ ਹੈ ਐਵੇਂ ਕਰਦੇ ਆਂ ਇੱਕ ਵਾਰੀ ਨਿਸ਼ਾਨਾ ਲੱਗ ਵੀ ਗਿਆ ਜਿਸ ਬਾਰੇ ਉਹ ਬੋਲਿਆ ਇੱਕ ਉਸਤਾਦ ਦਾ ਨਿਸ਼ਾਨਾ ਹੈ ਤੁਸੀਂ ਸਾਰਿਆਂ ਨੇ ਏਵੇਂ ਨਿਸ਼ਾਨਾ ਲਾਉਣਾ ਹੈ ਇਸਤਰੀਆਂ ਨੂੰ ਆਪਣੇ ਬੱਚਿਆਂ ਦੀਆਂ ਗੱਲਾਂ ਕਰਕੇ ਬੜਾ ਆਨੰਦ ਮਿਲਦਾ ਹੈ ਇੱਕ ਵਾਰੀ ਦੋ ਸਹੇਲੀਆਂ ਬੜੇ ਅਰਸੇ ਮਗਰੋਂ ਮਿਲੀਆਂ ਬੱਚਿਆਂ ਦੀਆਂ ਗੱਲਾਂ ਕਰਦੇ ਆ ਇੱਕ ਨੇ ਦੂਜੀ ਨੂੰ ਪੁੱਛਿਆ ਤੈਨੂੰ ਆਪਣੇ ਪੁੱਤਰ ਦੀ ਕਿਹੜੀ ਗੱਲ ਸਭ ਤੋਂ ਵੱਧ ਚੰਗੀ ਲੱਗਦੀ ਹੈ ਉਹ ਕਹਿਣ ਲੱਗੀ ਆਪਣੇ ਬੱਚੇ ਨੂੰ ਵੇਖ ਕੇ ਆਪਣੇ ਆਪ ਨੂੰ ਬੜੀ ਖੁਸ਼ ਨਸੀਬ ਸਮਝਦੀ ਹੈ ਪਰ ਕਈ ਵਾਰੀ ਉਹਦੇ ਰੋਣ ਤੋਂ ਤੰਗ ਆ ਕੇ ਮੇਰਾ ਮਰ ਜਾਣ ਨੂੰ ਦਿਲ ਕਰਦਾ ਹੈ ਕਈ ਵਾਰੀ ਉਹਦੀ ਸਿਆਣਪ ਨਾਲ ਮੈਂ ਰੱਜ ਜਾਨੀ ਆ ਪਰ ਕਈ ਵਾਰੀ ਉਹਦੀ ਮੂਰਖਤਾ ਵੇਖ ਕੇ ਖਿਆਲ ਆਉਂਦਾ ਕਿ ਕੀ ਬਣੇਗਾ ਇਸ ਨਲਾਇਕ ਦਾ ਕਈ ਵਾਰੀ ਉਹਦਾ ਸ਼ਾਂਤ ਚਿਹਰਾ ਵੇਖ ਕੇ ਸੋਚਦੀ ਆ ਇਸ 'ਚ ਕੋਈ ਸੰਤ ਆਤਮਾ ਬੈਠੀ ਹੋਈ ਹੈ ਪਰ ਕਈ ਵਾਰੀ ਉਹਦਾ ਪਾਗਲਪਨ ਵੇਖ ਕੇ ਸੋਚਦੀ ਆ ਪਾਗਲ ਮਾਂ ਦਾ ਪਾਗਲ ਪੁੱਤਰ ਕਈ ਵਾਰੀ ਉਹਨੂੰ ਕੁਝ ਖਵਾਣ ਲਈ ਮਿੰਨਤਾਂ ਕਰਦੀ ਆ ਪਰ ਕਈ ਵਾਰੀ ਖਾਣ ਵਾਲੀ ਚੀਜ਼ ਵੇਖਦੇ ਆ ਉਹਦੇ ਬੁੱਲਾਂ ਦੇ ਪਟਾਕੇ ਵੱਜਣ ਲੱਗ ਪੈਂਦੇ ਐ ਉਹ ਦੋ ਹੱਥਾਂ 'ਚ ਦੋ ਚਮਚੇ ਫੜ ਕੇ ਸਭ ਕੁਝ ਖਾ ਕੇ ਕਹਿੰਦਾ ਹੈ ਹੋਰ ਤੂੰ ਪੁੱਛਿਆ ਉਹਦਾ ਮੈਨੂੰ ਕੀ ਚੰਗਾ ਲੱਗਦਾ ਹੈ ਮੇਰਾ ਜਵਾਬ ਹੈ ਸਭ ਕੁਝ ਕਿਉਂਕਿ ਸਭ ਕੁਝ ਇੱਕ ਵਾਰੀ ਹੁੰਦਾ ਸੋ ਸਭ ਕੁਝ ਚੰਗਾ ਲੱਗਦਾ ਹੈ ਜਦੋਂ ਕੋਈ ਜ਼ਿੰਦਗੀ ਬਾਰੇ ਪੁੱਛੇ ਕਿ ਕੀ ਚੰਗਾ ਲੱਗਦਾ ਤੇ ਕੁੱਲ ਮਿਲਾ ਕੇ ਜਵਾਬ ਇਹ ਹੋਏਗਾ ਸਭ ਕੁਝ ਅਕਲ ਨਾਲ ਸ਼ਾਂਤੀ ਮਿਲਦੀ ਹੈ ਪਰ ਰੌਣਕ ਮੂਰਖਤਾ ਤੇ ਪਾਗਲਪਨ ਨਾਲ ਹੀ ਹੁੰਦੀ ਹੈ ਸੋ ਜ਼ਿੰਦਗੀ 'ਚ ਹਰ ਚੀਜ਼ ਦਾ ਮਹੱਤਵ ਹੈ ਸਿਆਣਿਆਂ ਦੀ ਸਿਆਣਪ ਦਾ ਮਹੱਤਵ ਹੈ ਤੇ ਮੂਰਖਾਂ ਦੀ ਮੂਰਖਤਾ ਦਾ ਮਹੱਤਵ ਹੈ ਹਰ ਕੋਈ ਆਪਣੀ ਥਾਂ ਤੇ ਮਹੱਤਵਪੂਰਨ ਹੁੰਦਾ ਹੈ ਸੰਸਾਰ ਨੂੰ ਤੁਹਾਡੇ ਵਰਗੇ ਵਿਦਵਾਨਾਂ ਦੀ ਵੀ ਲੋੜ ਹੈ ਤੇ ਮੇਰੇ ਵਰਗੇ ਬੁੱਧੂਆਂ ਦੀ ਵੀ ਇੱਕ ਵਾਰੀ ਜਹਾਜ਼ 'ਚ ਮੇਰੇ ਨਾਲ ਸੀਟ ਤੇ ਬੈਠੀ ਇੱਕ ਸਤਰੀ ਮੇਰੇ ਨਾਲ ਆਪਣੇ ਪੋਤੇ ਦੀਆਂ 2 ਘੰਟੇ ਗੱਲਾਂ ਕਰਦੀ ਰਹੀ ਤੇ ਫਿਰ ਕਹਿਣ ਲੱਗੀ ਮੈਂ ਬਹੁਤ ਗੱਲਾਂ ਕੀਤੀਆਂ ਹੁਣ ਤੁਸੀਂ ਮੇਰੇ ਪੋਤੇ ਬਾਰੇ ਗੱਲਾਂ ਕਰੋ ਇੱਕ ਵਾਰੀ ਇੱਕ ਬੱਚੇ ਨੇ ਰੱਬ ਨੂੰ ਚਿੱਠੀ ਲਿਖੀ ਰੱਬ ਜੀ ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਕੌਣ ਬਣਾਉਂਦਾ ਹੈ ਲੱਗਦਾ ਤੁਹਾਨੂੰ ਠੀਕ ਕੰਮ ਨਹੀਂ ਕਰਨਾ ਆਉਂਦਾ ਤੁਸੀਂ ਆਹਾਥੀ ਨੂੰ ਬਣਾਇਆ ਹੀ ਐਵੇਂ ਸੀ ਜਾਂ ਬਣਾਉਣ 'ਚ ਕੋਈ ਗਲਤੀ ਹੋ ਗਈ ਸੀ ਤੁਸੀਂ ਪਹਿਲਾਂ ਲੋਕਾਂ ਨੂੰ ਮਾਰਦੇ ਹੋ ਫਿਰ ਹੋਰਾਂ ਨੂੰ ਜਨਮ ਦਿੰਦੇ ਹੋ ਤੇ ਤੁਸੀਂ ਆਪਣਾ ਕੰਮ ਇਹਨਾਂ ਗੁੰਝਲਦਾਰ ਕਿਉਂ ਬਣਾਇਆ ਹੋਇਆ ਤੁਸੀਂ ਜਿਉਂਦਿਆਂ ਨੂੰ ਜਿਉਂਦੇ ਹੀ ਕਿਉਂ ਨਹੀਂ ਰੱਖ ਲੈਂਦੇ ਮੈਨੂੰ ਛੋਟਾ ਭਰਾ ਦੇਣ ਲਈ ਧੰਨਵਾਦ ਪਰ ਮੈਂ ਅਰਦਾਸ ਤਾਂ ਛੋਟੇ ਜਿਹੇ ਕਤੂਰੇ ਵਾਸਤੇ ਕੀਤੀ ਸੀ ਤੇ ਜੇ ਤੁਸੀਂ ਮੈਨੂੰ ਗੁਰਦੁਆਰੇ ਮਿਲਣ ਆਓ ਤਾਂ ਮੈਂ ਤੁਹਾਨੂੰ ਆਪਣੇ ਨਵੇਂ ਕੱਪੜੇ ਵਖਾਵਾਵਾਂਗਾ ਸਾਨੂੰ ਸਕੂਲ 'ਚ ਦੱਸਿਆ ਗਿਆ ਹੈ ਬਲਬ ਰਾਹੀਂ ਰੋਸ਼ਨੀ ਐਡੀਸਨ ਨੇ ਉਭਜਾਈ ਸੀ ਪਰ ਗੁਰਦੁਆਰੇ 'ਚ ਦੱਸਿਆ ਸਭ ਕੁਝ ਤੁਸੀਂ ਕਰਦੇ ਹੋ ਮੈਨੂੰ ਲੱਗਦਾ ਐਡੀਸਨ ਨੇ ਤੁਹਾਡਾ ਵਿਚਾਰ ਚੁਰਾ ਲਿਆ ਤੁਸੀਂ ਛੁੱਟੀ ਵਾਲੇ ਦਿਨ ਕੀ ਕਰਦੇ ਹੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਸੀਂ ਰੱਬ ਕਿਸੇ ਨੇ ਤੁਹਾਨੂੰ ਦੱਸਿਆ ਸੀ ਜਾਂ ਤੁਹਾਨੂੰ ਆਪੇ ਪਤਾ ਲੱਗਿਆ ਤੁਸੀਂ ਕਿਸੇ ਨੂੰ ਦੱਸਦੇ ਨਹੀਂ ਤੁਸੀਂ ਡਰਦੇ ਹੋ ਕਿ ਤੁਹਾਡੀ ਚਲਾਕੀ ਹੈ ਹੁਣ ਕੁਝ ਦੇਣ ਵੇਲੇ ਗਲਤੀ ਨਾ ਕਰਨਾ ਹੁਣ ਮੈਨੂੰ ਭਰਾ ਨਾ ਦੇਣਾ ਇੱਕ ਕਤੂਰਾ ਹੀ ਦੇਣਾ ਇੱਕ ਵਾਰੀ ਮੇਰੇ ਜਮਾਤ ਦੇ ਮਿੱਤਰ ਦੇ ਪਿਤਾ ਨੇ ਆਪਣੇ ਪੁੱਤਰ ਦੀ ਪ੍ਰੀਖਿਆ 'ਚ ਸਫਲਤਾ ਵਾਸਤੇ ਅਖੰਡ ਪਾਠ ਰਖਵਾਇਆ ਮੇਰੇ ਪੁੱਤਰ ਦਾ ਮੇਰੇ ਮਿੱਤਰ ਦਾ ਨਾਂ ਵੀ ਮੇਰੇ ਵਾਲਾ ਸੀ ਭੋਗ ਵਾਲੇ ਭੋਗ ਵੇਲੇ ਅਰਦਾਸ ਉਪਰੰਤ ਮੈਂ ਵੀ ਆਪਣੇ ਮਿੱਤਰ ਦੇ ਨਾਲ ਖਲੋਤਾ ਸੀ ਅਰਦਾਸ ਕਰਦੇ ਭਾਈ ਸਾਹਿਬ ਕਹਿ ਰਹੇ ਸੀ ਹੇ ਸੱਚੇ ਪਾਤਸ਼ਾਹ ਨਰਿੰਦਰ ਸਿੰਘ ਦੇ ਸਿਰ ਤੇ ਆਪਣੀ ਮਿਹਰ ਤਾਂ ਹੱਥ ਰੱਖਣਾ ਨਰਿੰਦਰ ਸਿੰਘ ਦੀ ਮਿਹਨਤ ਨੂੰ ਭਾਗ ਲਾਉਣੇ ਇਸ ਪੜਾਉ ਤੇ ਅਰਦਾਸ ਜੀ ਮੇਰੇ ਮਿੱਤਰ ਦੇ ਪਿਤਾ ਬਲਦੇਵ ਸਿੰਘ ਨੇ ਅੱਗੇ ਹੋ ਕੇ ਭਾਈ ਸਾਹਿਬ ਨੂੰ ਕਿਹਾ ਕੇਵਲ ਨਰਿੰਦਰ ਸਿੰਘ ਹੀ ਨਹੀਂ ਨਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਦੀ ਅਰਦਾਸ ਕਰੋ ਇੱਕ ਵਾਰੀ ਮੇਰੀ ਇੱਕ ਵਿਦਿਆਰਥਣ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਉਹਦੇ ਪਿਤਾ ਉਹਦੀ ਪੜ੍ਹਾਈ ਦੇ ਵਿਰੁੱਧ ਸਨ ਜਦੋਂ ਕਿ ਉਹ ਬਹੁਤ ਪੜ੍ਹਾਈ ਕਰਨੀ ਚਾਹੁੰਦੀ ਸੀ ਵਿਅੰਤੇ ਬਣਾਈ ਗਈ ਕਿ ਉਹ ਪ੍ਰੀਖਿਆ 'ਚ ਨੰਬਰ ਹੀ ਇੰਨੇ ਲੈ ਲਵੇ ਕਿ ਅਗਲੇ ਅਗਲੇਰੀ ਪੜ੍ਹਾਈ ਲਈ ਪਿਤਾ ਵਿਰੋਧ ਨਾ ਕਰ ਸਕੇ ਲੜਕੀ ਹੁਸ਼ਿਆਰ ਤੇ ਲਾਇਕ ਸੀ ਉਹਦੇ ਪ੍ਰੀਖਿਆ ਚਵਲ ਆਉਣ ਉੱਤੇ ਅਖਬਾਰ 'ਚ ਫੋਟੋ ਚ ਪਾਉਣ ਲਈ ਜਦੋਂ ਉਹਨੂੰ ਫੋਟੋ ਲਿਆਉਣ ਲਈ ਕਿਹਾ ਗਿਆ ਤਾਂ ਫੋਟੋ ਪਿਤਾ ਜੀ ਲੈ ਕੇ ਆਏ ਤੇ ਕਹਿਣ ਲੱਗੇ ਫੋਟੋ ਥੱਲੇ ਮੇਰੀ ਬੇਟੀ ਦੇ ਨਾਂ ਨਾਲ ਮੇਰਾ ਨਾਂ ਵੀ ਛਾਪਣਾ ਚਾਹੀਦਾ ਹੈ ਕਿਉਂਕਿ ਮੈਂ ਇਹਨੂੰ ਦਿਨ ਰਾਤ ਮਿਹਨਤ ਕਰਵਾਈ ਹੈ ਇਹਨੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਐਵੇਂ ਮੇਰੇ ਸਾਹਮਣੇ ਖਲੋਤਾ ਧੀ ਦਾ ਦੀ ਦੀ ਪੜ੍ਹਾਈ ਦਾ ਵਿਰੋਧ ਕਰਨ ਵਾਲਾ ਪਿਤਾ ਹੁਣ ਆਪਣੇ ਆਪ ਨੂੰ ਦੀ ਸਫਲਤਾ ਦਾ ਕਾਰਨ ਸਮਝ ਰਿਹਾ ਸੀ ਪਾਕਿਸਤਾਨ ਦੀ ਸਿਆਸਤ ਵਿੱਚ ਮੁਸਤਾਫਾ ਨਾਂ ਦਾ ਇੱਕ ਬੜਾ ਹੈਂਕੜਵਾਜ਼ ਨੇਤਾ ਹੋਇਆ ਆਪਣੀ ਹਵਸ ਲਈ ਔਰਤਾਂ ਨੂੰ ਬਰਬਾਦ ਕਰਨਾ ਇਸ ਵਿਅਕਤੀ ਦਾ ਸ਼ੁਗਲ ਰਿਹਾ ਹੈ ਇੱਕ ਵਾਰੀ ਆਪਣੀ ਸੋਹਣੀ ਤੇ ਜ਼ਹੀਨ ਪਤਨੀ ਤਹਿਮੀਨਾ ਦੁਰਾਨੀ ਨਾਲ ਬਦਸਲੂਕੀ ਕਰਦਿਆਂ ਤਲਾਕ ਉਪरांत ਉਹਨੇ ਟੈਲੀਫੋਨ ਤੇ ਕਿਹਾ ਅੱਜ ਤੋਂ ਤੇਰੀ ਤੇ ਆਪਣੀ ਕੋਈ ਵੱਖਰੀ ਪਛਾਣ ਨਹੀਂ ਹੋਏਗੀ ਤੈਨੂੰ ਲੋਕ ਮੁਸਤਫਾ ਦੀ ਤਲਾਕਸ਼ੁਦਾ بیوی ਤੌਰ ਤੇ ਹੀ ਜਾਣਣਗੇ ਰਾਸ਼ਨ ਦਿਮਾਗ ਤਹਿਮੀਨਾ ਨੇ ਮੁਸਤਫਾ ਉਤੇ ਆਧਾਰਿਤ ਪਾਕਿਸਤਾਨੀ ਸਿਆਸਤ ਉਤੇ ਇੱਕ ਪੁਸਤਕ ਲਿਖੀ ਜਿਹਦੇ ਜਾਰੀ ਹੋਣ ਤੋਂ ਕੁਝ ਘੰਟੇ ਪਹਿਲਾਂ ਤਹਿਮੀਨਾ ਨੇ ਮੁਸਤਫਾ ਨੂੰ ਟੈਲੀਫੋਨ ਤੇ ਕਿਹਾ ਉਸ ਦਿਨ ਕਹੀ ਤੁਹਾਡੀ ਗੱਲ ਦਾ ਜਵਾਬ ਦੇਣ ਲਈ ਟੈਲੀਫੋਨ ਕਰ ਰਹੀ ਹਾਂ ਹੁਣ ਤੋਂ ਥੋੜੀ ਦੇਰ ਬਾਅਦ ਤੁਹਾਡੀ ਪਛਾਣ ਬਦਲ ਜਾਏਗੀ ਸਾਰਾ ਮੁਲਕ ਮੈਨੂੰ ਤੁਹਾਡੀ ਤਲਾਕਸ਼ੁਦਾ بیوی ਵਜੋਂ ਨਹੀਂ ਤੁਹਾਨੂੰ ਤਹਿਮੀਨਾ ਦੁਰਾਨੀ ਦੇ ਸਾਬਕਾ ਪਤੀ ਵਜੋਂ ਜਾਣੇਗਾ ਇੱਕ ਵਾਰੀ ਯੂਨੀਵਰਸਿਟੀ 'ਚ ਬਹਿਸ ਕਰਾਈ ਗਈ ਕਿ ਪੜ੍ਹਾਈ ਨੂੰ ਦਿਲਚਸਪ ਕਿਵੇਂ ਬਣਾਇਆ ਜਾਏ। ਭੰਤ ਭੰਦੇ ਸੁਝਾਅ ਆਏ ਪਰ ਸਭ ਤੋਂ ਚੰਗਾ ਸੁਝਾਅ ਮੰਨਿਆ ਗਿਆ ਕਿ ਜੇ ਇਮਤਿਹਾਨ ਖਤਮ ਕਰ ਦਿੱਤੇ ਜਾਣ ਤਾਂ ਪੜ੍ਹਾਈ ਦਿਲਚਸਪ ਹੋ ਜਾਏਗੀ। ਸੰਸਾਰ ਦੀਆਂ ਆਕਸਫੋਰਡ, ਕੈਂਬਰੇਜ ਵਰਗੀਆਂ ਯੂਨੀਵਰਸਿਟੀਆਂ 'ਚ ਉੱਚ ਵਿਦਿਆਦੇ ਕੋਰਸਾਂ 'ਚ ਪ੍ਰੀਖਿਆ ਨਹੀਂ ਹੁੰਦੀ। ਸ਼ਰਤ ਕੇਵਲ ਇਹ ਹੁੰਦੀ ਹੈ ਕਿ ਦੋ ਸਾਲ ਯੂਨੀਵਰਸਿਟੀ 'ਤੇ ਰਹਿਣਾ ਹੈ। ਜਿਹੜੇ ਰਹਿੰਦੇ ਹੈ ਉਹਨਾਂ ਦਾ ਕਾਇਆ ਕਲਪ ਹੋ ਜਾਂਦਾ ਹੈ। ਸਾਡੇ ਦੇਸ਼ 'ਚ ਹਜ਼ਾਰਾਂ ਲੱਖਾਂ ਵਿਦਿਆਰਥੀ ਫੇਲ ਹੋਣ ਕਾਰਨ ਇਮਤਿਹਾਨਾਂ ਤੋਂ ਡਰਦੇ ਪੜ੍ਹਾਈ ਛੱਡ ਜਾਂਦੇ ਆ ਨਿਸ਼ਚੈ ਜੇ ਇਮਤਿਹਾਨ ਨਾ ਹੋਣ ਤਾਂ ਵਿਦਿਆਰਥੀ ਵਧੇਰੇ ਸੌਖ ਨਾਲ ਪੜ੍ਹਾਈ ਕਰ ਸਕਦੇ ਆ ਇੱਕ ਵਾਰੀ ਇੱਕ ਕੰਪਨੀ 'ਚ ਇੱਕ ਅਧਿਕਾਰੀ ਨੂੰ ਕੱਢਿਆ ਜਾਣਾ ਸੀ ਮੀਟਿੰਗ ਬੁਲਾਈ ਗਈ ਕਿ ਉਹਨੂੰ ਕੱਢਣ ਲਈ ਸ਼ਬਦ ਕਿਹੜੇ ਵਰਤੇ ਜਾਣ ਜਿਹੜੇ ਪ੍ਰਸ਼ੰਸਾਮਈ ਵੀ ਹੋਣ ਤੇ ਕੱਢਣ 'ਚ ਸਹਾਇੀ ਵੀ ਹੋਣ ਜਿਹੜਾ ਪੱਤਰ ਤਿਆਰ ਕੀਤਾ ਗਿਆ ਉਸ 'ਚ ਅਧਿਕਾਰੀ ਦੀਆਂ ਸੇਵਾਵਾਂ ਦੀ ਭਰਪੂਰ ਪ੍ਰਸ਼ੰਸਾ ਕਰਨ ਉਪਰੰਤ ਲਿਖਿਆ ਗਿਆ ਸਾਨੂੰ ਸਮਝ ਨਹੀਂ ਆ ਰਹੀ ਕਿ ਤੁਹਾਡੀ ਸਹਿਯੋਗ ਅਗਵਾਈ ਤੋਂ ਬਿਨਾ ਸਾਡਾ ਗੁਜ਼ਾਰਾ ਕਿਵੇਂ ਹੋਏਗਾ ਪਰ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਅਸੀਂ ਤੁਹਾਡੇ ਬਿਨਾ ਗੁਜ਼ਾਰਾ ਕਰਨ ਦਾ ਯਤਨ ਕਰਾਂਗੇ ਕਈ ਵਾਰੀ ਪੂਰੀ ਵਿਉਂਤ ਨਾ ਬਣਾਉਣ ਕਰਕੇ ਅਸੀਂ ਅਚਾਨਕ ਹੀ ਮੁਸ਼ਕਲ 'ਚ ਫਸ ਜਾਂਦੇ ਹਾਂ ਇੱਕ ਵਾਰੀ ਅਸੀਂ ਤਿੰਨ ਮਿੱਤਰ ਨੇੜੇ ਦੇ ਅੰਬਾਂ ਦੇ ਇੱਕ ਬਾਗ 'ਚ ਸਵੇਰੇ ਹਨੇਰੇ ਚੰਬ ਤੋੜਨ ਚਲੇ ਗਏ ਦੋ ਤੇ ਨਾਮ ਵੀ ਤੋੜੇ ਸਨ ਕਿ ਕੁੱਤੇ ਆ ਗਏ ਤੇ ਕੁੱਤਿਆਂ ਦੇ ਵਿੱਚੇ ਮਾਲੀ ਵੀ ਆ ਗਿਆ। ਕੁੱਟਣ ਉਪਰੰਤ ਉਹ ਸਾਨੂੰ ਬਾਗ ਵਿੱਚ ਲੈ ਕੋਠੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਾ ਕੇ ਕੁੱਤਿਆਂ ਸਮੇਤ ਮਾਲਕ ਨੂੰ ਬੁਲਾਉਣ ਚਲੇ ਗਏ। ਅਸੀਂ ਵੇਖਿਆ ਵੀ ਕਮਰੇ ਅੰਦਰ ਇੱਕ ਸੱਬਲ ਪਿਆ ਸੀ। ਜਿਹੜਾ ਅਸੀਂ ਮਾਰ-ਮਾਰ ਕੇ ਦਰਵਾਜ਼ਾ ਭੰਨ ਕੇ ਦੌੜੇ। ਘਰ ਪਹੁੰਚ ਕੇ ਸਾਨੂੰ ਅਹਿਸਾਸ ਹੋਇਆ ਕਿ ਮੁਸੀਬਤ ਤੇ ਮੁਸ਼ਕਲ ਕੀ ਹੁੰਦੀ ਹੈ। ਹੁਣ ਵੀ ਆਂਬ ਖਾਣ ਵੇਲੇ ਉਹ ਆਂਬ ਯਾਦ ਆਉਂਦੇ। ਇਵੇਂ ਹੀ ਇੱਕ ਵਾਰੀ ਬਿਨਾਂ ਕਿਸੇ ਵਿਉਂਤ ਦੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ। ਜਿਵੇਂ ਇੱਕ ਵਾਰੀ ਇੱਕ ਇਸਤਰੀ ਨੇ ਆਪਣੇ ਵਿਆਹ ਉਪਰੰਤ ਆਪਣੇ ਪ੍ਰੇਮੀ ਨਾਲ ਸਬੰਧ ਬਣਾਈ ਰੱਖੇ। ਫੌਜੀ ਪਤੀ ਸਾਲ 'ਚ 2 ਮਹੀਨੇ ਲਈ ਘਰ ਆਉਂਦਾ ਸੀ। ਘਰ 'ਚ ਨੂੰਹ ਤੇ ਸੱਸ ਹੀ ਹੁੰਦੀਆਂ ਸੀ। ਇਸਤਰੀ ਰਾਤ ਵੇਲੇ ਆਪਣੀ ਸੱਸ ਨੂੰ ਦੁੱਧ 'ਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਦੇ ਦਿੰਦੀ। ਤੇ ਇੱਕ ਵਾਰੀ ਜਦੋਂ ਨਿਯਮ ਅਨੁਸਾਰ ਪ੍ਰੇਮੀ ਆਇਆ, ਇਸਤਰੀ ਨੇ ਦੱਸਿਆ ਕਿ ਗੋਲੀਆਂ ਮੁੱਕੀਆਂ ਹੋਈਆਂ। ਪਰ ਨਾਲ ਹੀ ਕਿਹਾ, ਉਹ ਸੁੱਤੀ ਹੋਈ ਹੈ। ਪਰ ਰਾਤ ਨੂੰ ਖੜਾਕ ਹੋਣ ਤੇ ਸੱਸ ਜਾਗ ਪਈ ਤੇ ਉਹਨੇ ਜਦੋਂ ਉਹਨਾਂ ਦੇ ਕਮਰੇ ਦੀ ਬੱਤੀ ਜਗਾਈ ਤਾਂ ਪ੍ਰੇਮੀ ਤੇ ਇਸਤਰੀ ਨੇ ਖਬਰਾਟ ਵਿੱਚ ਸੱਸ ਦਾ ਕਤਲ ਕਰ ਦਿੱਤਾ ਹੁਣ ਦੋਵੇਂ ਉਮਰ ਕੈਦ ਦੀ سزا ਭੁਗਤ ਰਹੇ ਹੈ ਹੋਤੀ ਮਰਦਾਨ ਸੰਤ ਸੁਭਾਅ ਵਾਲੇ ਇੱਕ ਸਰਦਾਵਾਰ ਫੌਜੀ ਦਾ ਨਾਂ ਸੀ ਜਿਹੜਾ ਰਾਤ ਨੂੰ ਇਬਾਦਤ ਵਿੱਚ ਲੀਨ ਹੋ ਜਾਂਦਾ ਸੀ ਇੱਕ ਵਾਰੀ ਕਰਨਲ ਨੇ ਖਤਰੇ ਵਾਲੀ ਇੱਕ ਰਾਤ ਨੂੰ ਕਿਲੇ ਦੇ ਦਵਾਰ ਤੇ ਉਹਨੂੰ ਪਹਿਰੇ ਤੇ ਲਾਇਆ ਆਦਤ ਤੇ ਨੇਮ ਵਾਂਗ ਹੋਤੀ ਰਾਤ ਪੈਂਦੀ ਇਬਾਦਤ ਚ ਝੁੱਕ ਗਿਆ ਇੰਨਾ ਡੂੰਗਾ ਉਤਰ ਗਿਆ ਸਵੇਰੇ ਪੰਛੀਆਂ ਦੀ ਆਵਾਜ਼ ਨਾਲ ਉਹਨੇ ਸੁਰਤ ਸੰਭਾਲੀ ਤੇ ਡਿਊਟੀ ਪ੍ਰਤੀਜਨ ਗਹਿਲੀ ਵਕਾਉਣ ਦੇ ਪੱਖੋਂ ਆਪਣਾ ਪਛਤਾਵਾ ਪ੍ਰਗਟਾਉਣ ਲਈ ਜਦੋਂ ਕਰਨਲ ਸਾਹਮਣੇ ਪੇਸ਼ ਹੋਇਆ ਕਰਨਲ ਨੇ ਕਿਹਾ ਸ਼ਾਬਾਸ਼ ਜਿਵੇਂ ਤੂੰ ਡਿਊਟੀ ਦਿੱਤੀ ਹੈ ਉਵੇਂ ਕਿਸੇ ਨੇ ਨਹੀਂ ਦਿੱਤੀ ਮੈਂ ਚਾਰ ਵਾਰ ਹੀ ਗਿਆ ਤੋ ਚਾਰੇ ਵਾਰੀ ਖੜਾ ਸੀ ਸੁਣ ਕੇ ਹੋਤੀ ਨੇ ਕਿਹਾ ਮੈਂ ਅਸਤੀਫਾ ਦੇਣਾ ਆ ਹੁਣ ਮੈਂ ਉਸ ਖੁਦਾ ਦੀ ਡਿਊਟੀ ਦੇਵਾਂਗਾ ਜਿਨੇ ਸਾਰੀ ਰਾਤ ਮੇਰੀ ਡਿਊਟੀ ਦਿੱਤੀ ਸੀ ਰਾਤ ਵੇਲੇ ਮੈਂ ਖੁਦਾ ਦੇ ਕੋਲ ਸੀ ਪਰ ਮੇਰਾ ਖੁਦਾ ਮੇਰੀ ਜਗ੍ਹਾ ਡਿਊਟੀ ਦਿਨ ਦਾ ਰਿਹਾ ਸੀ ਕਈ ਵਾਰ ਬੜੇ ਅਜੀਬ ਸਬਬ ਵਾਪਰਦੇ ਆਏ ਇੱਕ ਪੜ੍ਹੀ ਲਿਖੀ ਲੜਕੀ ਦਾ ਇੱਕ ਵਿਗੜੇ ਹੋਏ ਅਮੀਰ ਜ਼ਾਦੇ ਨਾਲ ਵਿਆਹ ਹੋ ਰਿਹਾ ਸੀ। ਲਾਵਾਂ ਹੋ ਰਹੀਆਂ ਸੀ, ਤਿੰਨ ਲਾਵਾਂ ਹੋ ਚੁੱਕੀਆਂ ਸੀ। ਜਦੋਂ ਚੌਥੀ ਲਾਵ ਲੈਣ ਵਾਸਤੇ ਲਾੜਾ ਉੱਠਿਆ ਤਾਂ ਉਹਦੀ ਜੇਬ 'ਚੋਂ ਨਸ਼ੇ ਵਾਲੀਆਂ ਗੋਲੀਆਂ ਦਾ ਪੱਤਾ ਡਿੱਗ ਪਿਆ। ਜਿਹੜਾ ਲੜਕੀ ਨੇ ਚੁੱਕ ਕੇ ਪਿੱਛੇ ਬੈਠੀ ਆਪਣੀ ਮਾਂ ਨੂੰ ਫੜਾ ਦਿੱਤਾ। ਚੌਥੀ ਲਾਵ ਲੈਣ ਤੋਂ ਇਨਕਾਰ ਕਰ ਦਿੱਤਾ। ਲੜਕੇ ਨੇ ਬੜੀਆਂ ਮਿੰਤਾਂ ਕੀਤੀਆਂ, ਝੂਠ ਬੋਲਿਆ, ਧਮਕੀਆਂ ਵੀ ਦਿੱਤੀਆਂ ਪਰ ਲੜਕੀ ਡਟੀ ਰਹੀ। ਮਾਂ ਨੇ ਇਹ ਨਹੀਂ ਕਿਹਾ, "ਜਾ ਕੋ ਰਾਖੇ ਸਾਈਆਂ।" ਮਾਰ ਸਕੇ ਨਾ ਕੋਈ ਰੂਸ ਦੇ ਇਤਿਹਾਸ 'ਚ ਰੂਸ ਦੀ ਠੰਡ ਨੇ ਰੂਸ ਦੀਆਂ ਕਈ ਹਾਰਾਂ ਨੂੰ ਜਿੱਤਾਂ 'ਚ ਬਦਲਿਆ 19ਵੀਂ ਸਦੀ ਦੇ 12ਵੇਂ ਸਾਲ ਦੀ ਜੂਨ ਵਿੱਚ ਨੈਪੋਲੀਅਨ ਨੇ ਰੂਸ 'ਤੇ ਹਮਲਾ ਕੀਤਾ ਰੂਸੀ ਫੌਜਾਂ ਪਿੱਛੇ हट ਗਈਆਂ ਨੈਪੋਲੀਅਨ ਅੱਗੇ ਵਧਿਆ ਸਤੰਬਰ 'ਚ ਰੂਸੀ ਫੌਜਾਂ ਹੋਰ ਪਿੱਛੇ हट ਗਈਆਂ ਨੈਪੋਲੀਅਨ ਜਿੱਤ ਦੇ لالਚ ਵਿੱਚ ਰੂਸ 'ਤੇ ਹੋਰ ਅੰਦਰ ਚਲਾ ਗਿਆ ਰੂਸ ਦੀ ਠੰਡ ਤੇ ਬਰਫਾਨੀ ਹਨੇਰੀਆਂ ਨੇ ਨੈਪੋਲੀਅਨ ਦੇ 6 ਲੱਖ ਵਿੱਚੋਂ 5 ਲੱਖ ਫੌਜੀ ਮਾਰ ਦਿੱਤੇ ਦੂਜੇ ਵਿਸ਼ਵ ਯੁੱਧ ਵਿੱਚ ਵੀ ਹਿਟਲਰ ਨੂੰ ਹਰਾਉਣ ਚ ਰੂਸ ਦੀ ਫੌਜ ਨਾਲੋਂ ਵੀ ਵੱਡਾ ਯੋਗਦਾਨ ਰੂਸ ਦੀ ਠੰਡ ਦਾ ਸੀ ਇੱਕ ਵਾਰੀ ਇੰਗਲੈਂਡ ਦਾ ਇੱਕ ਰਾਜਕੁਮਾਰ ਜਦੋਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਅਲਾਹਾਬਾਦ ਚ ਆਇਆ ਤਾਂ ਉਹਦੀ ਸਵਾਗਤ ਕਰਨ ਦੀ ਥਾਂ ਸ਼ਹਿਰ 'ਚ ਹੜਤਾਲ ਕੀਤੀ ਗਈ ਰਾਜਕੁਮਾਰ ਨੇ ਇੰਨਾ ਹੀ ਕਿਹਾ ਸੀ ਕਿ ਇਹ ਸ਼ਹਿਰ ਰਾਜਧਾਨੀ ਰਹਿਣ ਦੇ ਯੋਗ ਨਹੀਂ ਹੈ ਉਹਦੇ ਵਾਪਸ ਜਾਣ ਤੋਂ ਪਹਿਲਾਂ ਹੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਅਲਾਹਾਬਾਦ ਤੋਂ ਬਦਲ ਕੇ ਲਖਨਊ ਬਣਾ ਦਿੱਤੀ ਗਈ ਸੀ ਇੱਕ ਵਾਰੀ ਮੇਰੇ ਘਰ ਇੰਗਲੈਂਡ ਤੋਂ ਆਈਆਂ ਦੋ ਮੇਮਾਂ ਠਹਿਰੀਆਂ ਸੀ ਇੰਗਲੈਂਡ ਦੀ ਜਿਸ ਲਾਇਬ੍ਰੇਰੀ 'ਚ ਉਹ ਕੰਮ ਕਰਦੀਆਂ ਉੱਥੇ ਮੇਰੇ ਕਈ ਦਿਨ ਜਾਣ ਨਾਲ ਉਹਨਾਂ ਨਾਲ ਜਾਣ-ਪਛਾਣ ਹੋਣ ਕਰਕੇ ਮੈਂ ਉਹਨਾਂ ਨੂੰ ਭਾਰਤ ਆਉਣ ਦਾ ਸੱਦਾ ਦੇ ਕੇ ਆਇਆ ਮੇਮਾਂ ਦੇ ਮੇਰੇ ਕੋਲ ਠਹਿਰਨ ਦੇ ਦਿਨਾਂ 'ਚ ਮੇਰੇ ਗਵਣ ਚ ਇੱਕ ਵਿਆਹ ਹੋਇਆ ਬਰਾਤ ਪਿੰਡ ਜਾਣੀ ਸੀ ਮੇਮਾਂ ਨੂੰ ਪੰਜਾਬੀ ਵਿਆਹ ਵਖਾਉਣ ਦੇ ਉਦੇਸ਼ ਨਾਲ ਮੈਂ ਉਹਨਾਂ ਨੂੰ ਬਰਾਤ ਨਾਲ ਲੈ ਗਿਆ ਪਿੰਡ ਪਹੁੰਚ ਕੇ ਹੋਰਾਂ ਨਾਲੋਂ ਮੇਮਾਂ ਵੀ ਖੁੱਲ ਕੇ ਨੱਚੀਆਂ ਕੁਝ ਦਿਨ ਰਹਿ ਕੇ ਉਹ ਚਲੀਆਂ ਗਈਆਂ ਲਗਭਗ ਇੱਕ ਮਹੀਨੇ ਮਗਰੋਂ ਪਿੰਡ ਦੇ ਕੁਝ ਹੋਰ ਲੋਕ ਮੇਰੇ ਘਰ ਆਏ ਵਿਆਹ ਦਾ ਕਾਰਡ ਦੇ ਕੇ ਸੰਗ ਦੇ ਸੰਗ ਦੇ ਕਹਿਣ ਲੱਗੇ ਜੀ ਇੱਕ ਬੇਨਤੀ ਹੈ ਉਹਨਾਂ ਮੇਮਾਂ ਨੂੰ ਨਾਲ ਜ਼ਰੂਰ ਲੈ ਕੇ ਆਇਓ ਧਾਰਮਿਕ ਸਥਾਨਾਂ ਦੇ ਪੱਥਰਾਂ ਨੂੰ ਵੇਖ ਕੇ ਸੋਚਦਾ ਕਿ ਕੋਈ ਸੇਵਾ ਇੱਕ ਵਾਰੀ ਕਰਾਉਂਦਾ ਪਰ ਪੱਥਰਾਂ ਤੇ ਉਕਰਵਾ ਕੇ ਦਹਾਕਿਆਂ ਤੱਕ ਦੱਸਦਾ ਰਹਿੰਦਾ ਹੈ ਇਵੇਂ ਸਾਡੀ ਕੋਈ ਇੱਕ ਵਾਰੀ ਬੇਇੱਜ਼ਤੀ ਕਰਦਾ ਪਰ ਅਸੀਂ ਸੈਂਕੜੇ ਨੂੰ ਦੱਸ ਕੇ ਉਸ ਇੱਕ ਵਾਰੀ ਹੋਏ અપਮਾਨ ਨੂੰ ਦौराਂਦੇ ਰਹਿੰਦੇ ਹਾਂ ਹਰ ਕਿਸੇ ਦੇ ਜੀਵਨ 'ਚ ਅਨੇਕਾਂ ਘਟਨਾਵਾਂ ਇੱਕ-ਇੱਕ ਕਰਕੇ ਵਾਪਰਦੀਆਂ ਘਟਨਾ ਵਾਪਰਦੀ ਇੱਕ ਵਾਰ ਹੀ ਹੈ ਪਰ ਯਾਦ ਕਈ ਵਾਰੀ ਆਉਂਦੀ ਹੈ ਕੋਈ ਘਟਨਾ ਆਪਣੀ ਮੂਰਖਤਾ ਕਰਕੇ ਜਾਂ ਵਿਖਾਈ ਸਿਆਣਪ ਕਰਕੇ ਜਾਂ ਕੋਈ ਲਾਭ ਨੁਕਸਾਨ ਕਰਕੇ ਯਾਦ ਬਣ ਜਾਂਦੀ ਹੈ ਕੋਈ ਘਟਨਾ ਸਾਨੂੰ ਨਾ ਭੁੱਲਣ ਵਾਲਾ ਸਬਕ ਸਿਖਾ ਜਾਂਦੀ ਹੈ ਤੇ ਕੋਈ ਘਟਨਾ ਜਦੋਂ ਵੀ ਯਾਦ ਆਉਂਦੀ ਹੈ ਪਹਿਲੇ ਪਿਆਰ ਪਹਿਲੀ ਗਲਵਕੜੀ ਪਹਿਲੇ ਚੁੰਮਣ ਦੀ ਯਾਦ ਵਰਗਾ ਇੱਕ ਹਲੋਰਾ ਦੇ ਜਾਂਦੀ ਹੈ ਧੰਨਵਾਦ